ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਦੀ ਇੱਛਾ ਲੈ ਕੇ ਗੁਰੂ ਬਾਬਾ ਆਨੰਦ ਸਿੰਘ ਜੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਆਏ, ਨਾਮ ਜਪਣਾ ਆਰੰਭਿਆ ਅਤੇ ਸੇਵਾ ਕਰਨੀ ਸ਼ੁਰੂ ਕੀਤੀ। ਨਾਮ ਜਪਦੇ ਨੇ ਸਾਈਡ 'ਤੇ ਕਿਤੇ, ਜਾਂ ਗੋਦਾਵਰੀ ਦੇ ਕੰਢੇ 'ਤੇ, ਜਾਂ ਹੋਰ ਜਿੱਥੇ ਜੰਗਲ ਹੈ। ਇੱਥੇ ਬਹੁਤੀ ਰੌਣਕ ਨਹੀਂ ਸੀ, ਚਾਰੇ ਪਾਸੇ ਖਾਲੀ ਸੀ। ਉਹਨਾਂ ਸਮਿਆਂ 'ਚ ਖਾਲੀ ਜਗ੍ਹਾ ਪਈਆਂ ਸੀ ਬਹੁਤ। ਜਿਸ ਸਮੇਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਏ, 12-13 ਮਹੀਨੇ ਦੀ ਸੇਵਾ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੇ ਆਪਦੇ ਦਰਸ਼ਨ ਬਖਸ਼ੇ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਜਿਹੜੇ ਚੀਜ਼ ਦੀ ਭੁੱਖ ਸੀ ਉਹਦੀ ਉਹ ਪੂਰੀਆਂ ਕਰਨ ਵਾਲਾ ਇਹ ਦਾਤਾ, ਸਾਰੀਆਂ ਘਟਾ ਦਾ ਸੁਆਮੀ। ਪੜੋ, ਬਹੁਤੇ ਵੇਰ ਪਏ ਕਿਰਪਨ ਕੋ, ਆਪ ਕਿਸ ਕਿਰਪਾ ਕੀਜੀਏ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੇ, ਸੇਵਾ ਬਖਸ਼ੋ, ਆਪਦੇ ਦਰਸ਼ਨ ਬਖਸ਼ੋ। ਬਾਬਾ ਜੀ ਨੇ ਅਰਦਾਸ ਕਰਨੀ ਜੀ, ਆਪਣੀ ਸੇਵਾ ਬਖਸ਼ੋ ਅਤੇ ਦਰਸ਼ਨ ਬਖਸ਼ੋ, ਬਲ ਬਖਸ਼ੋ ਸਾਨੂੰ ਕਿ ਤੁਹਾਡੇ ਘਰ ਦੀ ਦਰਬਾਰ ਦੀ ਸੇਵਕ ਮਾਈਏ, ਆਪਣੀ ਸੇਵਾ ਵਿੱਚ ਆਪਣੇ ਸੇਵਕ ਨੂੰ, ਗੋਲੇ ਨੂੰ, ਆਪਣੇ ਦਾਸ ਨੂੰ ਆਪਣੀ ਸੇਵਾ ਵਿੱਚ ਲਾਵੋ, ਆਪਣਾ ਮਿਹਰ ਭਰਿਆ ਹੱਥ ਰੱਖੋ ਸਿਰ 'ਤੇ। ਬਾਬਾ ਜੀ, ਬਾਬਾ ਆਨੰਦ ਸਿੰਘ ਜੀ 13 ਮਹੀਨੇ ਸੇਵਾ ਕਰਕੇ ਕਲਗੀਧਰ ਪਾਤਸ਼ਾਹ ਤੋਂ ਝੋਲੀਆਂ ਭਰਾ ਕੇ ਇੱਥੋਂ ਲੈ ਕੇ ਗਏ। ਫਿਰ ਉਹ ਸੇਵਾ ਕੀਤੀ ਬਾਬਾ ਮਾਨ ਨਾਮ ਸਿੰਘ ਜੀ ਦੀ, ਜਿਹੜੀ ਕਿਸੇ ਦੇ ਹਿੱਸੇ ਨਹੀਂ ਆਉਂਦੀ। ਇਹ ਫਕੀਰਾਂ ਦੇ, ਤਪੱਸਵੀਆਂ ਦੇ, ਬੰਦਗੀ ਵਾਲਿਆਂ ਦੇ ਹਿੱਸੇ ਆਉਂਦੀ, ਜਿਨ੍ਹਾਂ ਨੇ ਕਈ ਜਨਮ ਦਾ ਤਪ ਕੀਤਾ ਹੋਵੇ। ਉਹ ਸੇਵਾ ਬਾਬਾ ਆਨੰਦ ਸਿੰਘ ਜੀ ਦੇ ਹਿੱਸੇ ਵਿੱਚ ਆਈ ਅਤੇ ਟੁੱਟ ਕੇ ਸਾਰੀਆਂ ਦਾਤਾਂ ਬਾਬਾ ਜੀ ਪੁੱਛੋ ਵਾਲਿਆਂ ਨੇ ਬਾਬਾ ਆਨੰਦ ਸਿੰਘ ਜੀ ਦੀ ਝੋਲੀ ਵਿੱਚ ਪਾ ਤੀਆਂ। ਸਭ ਨੂੰ ਦਿਖਾ ਤਾ, ਲਿਖਤਾਂ ਕਰਤੀਆਂ, ਦਰਗਾਹ ਵਿੱਚ ਲਿਖਿਆ ਗਿਆ ਕਿ ਜਿਹੜੀਆਂ ਦਾਤਾਂ ਬਾਬਾ ਆਨੰਦ ਸਿੰਘ ਜੀ ਦੀ ਝੋਲੀ 'ਚ ਪਈਆਂ। ਇਹ ਗੁਰੂ ਦੇ ਦਰਸ਼ਨ, ਗੁਰੂ ਦੀ ਸੰਗਤ, ਗੁਰੂ ਦੀ ਸੇਵਾ ਸਾਨੂੰ ਕਰਮਾਂ ਦੇ ਨਾਲ ਮਿਲੀ, ਭਾਗਾਂ ਨਾਲ। ਪੜ੍ਹੀਏ ਅਤੇ ਫਿਰ ਸਮਾਪਤੀ, ਉਸ ਤੋਂ ਬਾਅਦ ਹੁਕਮਨਾਮਾ। ਭਾਗਾਂ ਨਾਲ ਮਿਲਦੇ ਸਾਧੂ, ਕਰਮਾਂ ਨਾਲ ਲੱਭਦੀ ਸੇਵਾ। ਭਾਗਾਂ ਨਾਲ ਮਿਲਦੇ ਸਾਧੂ, ਕਰਮਾਂ ਨਾਲ ਲੱਭਦੀ ਸੇਵਾ। ਵਾਰਵਾ
ਆਗਾ ਨਾਲ ਮਿਲਦੇ ਸਾਧੂ ਨਾਲ ਰੱਬ ਦੀ ਸੇਵਾ ਆਗਾ ਨਾਲ ਮਿਲਦੇ ਸਾਧੂ ਕਰਾਂ ਨਾਲ ਰੱਬ ਦੀ ਸੇਵਾ ਆਗਾ ਨਾਲ ਮਿਲਦੇ